ਸਤਿ ਸ੍ਰੀ ਅਕਾਲ ਸਰਦਾਰ ਜੀ। ਕਿੱਦਾਂ ਸੂਤ ਆ ਜੀ? ਹਾਂਜੀ ਵਧੀਆ ਜੀ। ਤੇ ਸਰਦਾਰ ਜੀ ਕਿਹਦਾ ਲੱਗ ਰਿਹਾ ਪਾਕਿਸਤਾਨ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਕਿੰਨੀ ਤਾਂ ਪਹਿਲੀ ਦਫਾ ਆਏ ਜੀ? ਹਾਂਜੀ ਹਾਂਜੀ। ਤੇ ਵੀਜ਼ਾ ਤੁਸੀਂ ਆਇਂਦਾ ਵੀ ਆਵੋਗੇ? ਜ਼ਰੂਰ ਜੀ। ਤੇ ਗੁਰੂ ਘਰ ਦਾ ਵਿਜ਼ਿਟ ਕਿਹਦਾ ਲੱਗਾ? ਬਹੁਤ ਸੋਹਣਾ। ਇੱਥੇ ਇੰਤਜ਼ਾਮਾਤ ਠੀਕ ਸੀਗੇ? ਬਹੁਤ ਸੋਹਣੇ। ਹੋਰ ਲੋਕ ਕਿਹਦੇ ਲੱਗੇ ਤੁਹਾਨੂੰ ਪਾਕਿਸਤਾਨ ਦੇ? ਬਹੁਤ ਸੋਹਣੇ, ਬਹੁਤ ਸੋਹਣੇ। ਉਹ ਜੀ ਮਜ਼ਾ ਆ ਗਿਆ ਤੁਹਾਡੀ ਗੱਲ ਸੁਣ ਕੇ। ਤੇ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਜੀ ਤੁਹਾਡਾ? ਗੁਰਦੀਪ ਸਿੰਘ ਜੀ। ਗੁਰਦੀਪ ਸਿੰਘ ਸਾਹਿਬ, ਤੁਸੀਂ ਦੱਸੋ ਇੰਡੀਆ 'ਚ ਕਿਹੜੀ ਜਗ੍ਹਾ ਤੋਂ ਜੀ? ਸਾਡਾ ਡਿਸਟ੍ਰਿਕਟ ਹੈ ਫਰੀਦਕੋਟ। ਫਰੀਦਕੋਟ ਤੋਂ ਜੀ? ਫਰੀਦਕੋਟ ਤੋਂ ਜਿਹੜਾ ਜਿਹੜਾ ਹਰ ਇੱਕ ਸੀਗਾ। ਅੱਛਾ ਅੱਛਾ। ਹੁਣ ਨਵਾਂ ਲੱਗ ਨਵਾਂ ਕਿਹੜਾ ਜ਼ਿਲ੍ਹਾ ਬਣਿਆ ਤੁਹਾਡਾ? ਸਾਡਾ ਜੀ ਫਰੀਦਕੋਟ ਨਵਾਂ ਜ਼ਿਲ੍ਹਾ ਬਣਿਆ। ਫਰੀਦਕੋਟ ਤੇ ਪੁਰਾਣਾ ਕਿਹੜਾ ਸੀ? ਫਿਰੋਜ਼ਪੁਰ। ਫਿਰੋਜ਼ਪੁਰ ਸੀ। ਅੱਛਾ ਅੱਛਾ, ਨਵੀਂ ਡਿਸਟ੍ਰਿਕਟ ਬਣਿਆ ਜਿਹਦਾ ਸਾਡਾ ਨਨਕਾਣਾ ਸਾਹਿਬ ਜਿਹੜਾ ਜ਼ਿਲ੍ਹਾ ਸੀ ਸ਼ੇਖੂਪੁਰਾ ਸੀਗਾ। ਇਹ 2002 'ਚ ਬਣਿਆ ਨਵਾਂ ਡਿਸਟ੍ਰਿਕਟ ਨਨਕਾਣਾ ਸਾਹਿਬ। ਪਹਿਲੇ ਸੀ ਇਹ ਤਹਿਸੀਲ ਸੀ ਸ਼ੇਖੂਪੁਰਾ ਡਿਸਟ੍ਰਿਕਟ ਦੀ। ਤੇ ਸਰਦਾਰ ਜੀ ਪਾਕਿਸਤਾਨੀ ਲੋਕ ਕਿਹਦੇ ਲੱਗੇ? ਬਹੁਤ ਵਧੀਆ, ਦੱਸ ਨਹੀਂ ਸਕਦੇ ਜਿੰਨੇ ਲੱਗਦਾ ਆਪਦੇ ਘਰ 'ਚ ਆ ਗਏ ਆ। ਅੱਛਾ, ਤੇ ਖਾਣੇ ਕਿਹਦੇ ਲੱਗੇ? ਬਹੁਤ ਸੋਹਣੇ, ਇੰਨਾ ਪਿਆਰ ਕਿਤੇ ਮਿਲੇ ਨਹੀਂ ਜਿੰਦਗੀ ਜਿੱਥੇ। ਜੇ ਤੁਸੀਂ ਆਉਂਦੇ ਮਤਲਬ ਤੁਸੀਂ ਫੇਰ ਆਵੋ, ਸਾਡਾ ਵਾਰ ਵਾਰ ਜੀ ਕਰਾ ਪਰ ਸਰਕਾਰ ਜੜ ਦਿੰਦੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਰਦਾਰ ਜੀ। ਕੀ ਹਾਲ? ਠੀਕ ਜੇ ਸਰਦਾਰ ਜੀ? ਇੰਡੀਆ ਤੋਂ ਕਿਹੜੀ ਜਗ੍ਹਾ ਤੇ ਜੇ? ਅਸੀਂ ਗੁਰਦਾਸਪੁਰ ਦੇ ਲੱਗੇ ਹਾਂ। ਗੁਰਦਾਸਪੁਰ ਦੇ ਤੁਸੀਂ? ਲੋ ਸਾਡੇ ਜ਼ਿਲ੍ਹੇ ਦੇ ਜੇ, ਸਟੇਸ਼ਨ ਤੋਂ ਆ ਜਾਓ। ਅਸੀਂ ਵੀ ਗੁਰਦਾਸਪੁਰੋਂ ਹੀ ਆਏ ਆ ਜੀ। ਆਪਣਾ ਡਿਸਟ੍ਰਿਕਟ ਸਾਡਾ ਗੁਰਦਾਸਪੁਰ ਸੀ ਤੇ ਤਹਿਸੀਲ ਸੀ ਸਾਡੀ ਗੁਰਦਾਸਪੁਰ ਹੀ, ਤੇ ਨਵਾਂ ਪਿੰਡ ਬਹਾਦਰ ਸਾਡਾ ਪਿੰਡ ਹੈਗਾ ਉਹ ਧਾਰੀਵਾਲ ਦੇ ਲਾਗੇ। ਹਾਂਜੀ, ਧਾਰੀਵਾਲ ਦੇ ਲਾਗੇ। ਉੱਥੋਂ ਦੇ ਅਸੀਂ ਨੰਬਰਦਾਰ ਜੀ, ਸਾਡੇ ਦਾਦਾ ਜੀ ਤੇ ਸਾਡੀ 700 ਕਮਾਦਮੀ। ਠੀਕ ਹੈ। ਤੁਸੀਂ ਗੁਰਦਾਸਪੁਰ ਹੀ ਹੈ ਜੇ? ਅਸੀਂ ਬਟਾਲੇ ਦੇ ਲਾਗੇ ਨੇ। ਹਾਂਜੀ, ਬਟਾਲਾ ਬਟਾਲਾ ਤੇ ਸੀਲ ਗੁਰਦਾਸਪੁਰ ਦੀ ਸਾਡੀ ਸੀਲ ਸਾਡੀ ਬਟਾਲਾ ਬਟਾਲਾ ਤੇ ਗੁਰਦਾਸਪੁਰ ਜ਼ਿਲ੍ਹਾ ਵਾ। ਹਾਂਜੀ, ਬਟਾਲਾ ਤਹਿਸੀਲ ਆ, ਗੁਰਦਾਸਪੁਰ ਜ਼ਿਲ੍ਹਾ ਵਾ। ਸਾਡੀ ਜਿਹੜੀ ਮਾਂ ਸੀ ਨਾ, ਉਹ ਆਪਣਾ ਬਟਾਲਾ ਤਹਿਸੀਲ ਦੀ ਸੀ, ਉਹਨਾਂ ਦਾ ਪਿੰਡ ਸੀ ਉੱਥੇ ਦਿਆਲਗੜ੍ਹ। ਖੁਸ਼ੀ ਹੋਈ ਮਿਲ ਕੇ ਸਾਨੂੰ। ਲਓ ਜੀ, ਸਰਦਾਰ ਜੀ ਕਿੰਨੇ ਘਰ ਨੇ ਕਾਲੋ ਦੇ? ਇਹਨਾਂ ਦੇ ਗੁਰਦਾਸਪੁਰ ਚ ਕਿੰਨੇ ਕੁ ਹੈਗੇ ਲੋਕ ਅਜੇ ਕਾਲੋ ਜਿਹੜੇ ਨੇ? ਕਾਲੋਆਂ ਦਾ? ਹਾਂਜੀ। ਅੱਛਾ, ਤੇ ਸਰਦਾਰ ਜੀ ਇਹ ਦੱਸੋ ਕਿ ਕਾਲੋਆਂ ਚ ਕੋਈ ਮਸ਼ਹੂਰ ਕੋਈ ਹੋਵੇ ਹਸਤੀ, ਕੋਈ ਵਜ਼ੀਰ ਹੋਵੇ, ਕੋਈ ਮਸ਼ੀਰ ਹੋਵੇ, ਕੋਈ ਖਿਲਾੜੀ ਹੋਵੇ, ਕੋਈ ਉੱਚਾ ਨਾ ਹੋਵੇ ਕਾਲੋਆਂ ਦਾ? ਕਾਲੋਆਂ 'ਚ ਨਿਰਮਲ ਸਿੰਘ ਰਿਹਾ ਜੀ, ਕਾਲੋਂ ਆਪਣੇ ਸਪੀਕਰ ਰਹੇ ਪੰਜਾਬ ਦੇ ਜੀ, ਪੰਜਾਬ ਦੇ ਵਿਧਾਨ ਸਭਾ ਦੇ ਜੀ। ਸਹੀ ਸਹੀ। ਹਾਂਜੀ, ਇੱਕ ਭਗਵਾਲ ਦੇ ਕਾਲੋਂ ਸੀ, ਉਹ ਕੋਲਾ ਕਹਿੰਦੇ ਸੀ ਜੀ ਉਹਨਾਂ ਨੂੰ, ਪਹਿਲਵਾਨ ਸੀ ਉਹ ਵੀ ਰਹੇ ਆ। ਹਾਂਜੀ, ਬੜੀ ਮਸ਼ਹੂਰ ਹਸਤੀ ਰਹੀ ਸਾਡੇ ਜੀ ਉੱਥੇ ਜੀ, ਬੜੀ ਮਸ਼ਹੂਰ ਹਸਤੀ ਸਾਡੇ ਹੈ ਨੇ, ਗੁੱਲੂਕਾਰ ਨੇ ਅਬਰਾਰੋ ਲੱਕ, ਉਹ ਕਾਲੋਂ ਆ। ਠੀਕ ਹੈ ਜੀ, ਠੀਕ ਹੈ। ਆਵਾਜ਼ ਉਹਦੀ ਚੰਗੀ ਆ, ਲੇਕਿਨ ਹੈ ਕਾਲੋਂ ਆ। ਠੀਕ ਜੀ। ਤੇ ਉਹਦਾ ਭਰਾ ਸੀ ਅਸਰਾਰ ਕਾਲੋਂ, ਮੇਜਰ ਸੀ ਸਾਡੀ ਫੌਜ ਦੇ ਵਿੱਚ, ਤੇ ਬੜੇ ਚੰਗੇ ਲੋਕ ਸੀ। ਤੇ ਸਰਦਾਰ ਜੀ ਤੁਸੀਂ ਹੁਣ ਸਾਨੂੰ ਮਿਲੇ, ਹੁਣ ਜੇ ਤੁਸੀਂ ਸਾਡੇ ਪਿੰਡ ਆਉਂਦੇ, ਅਸੀਂ ਉੱਥੋਂ ਆਏ ਹਾਂ, ਤਕਰੀਬਨ ਕੋਈ 30-40 ਘਰ ਨੇ ਜਿਹੜੇ ਅਸੀਂ ਨਵੇਂ ਪਿੰਡ ਤੋਂ ਉੱਠੇ ਕਾਲੋਂਆਂ ਦੇ। ਠੀਕ ਹੈ। ਇੱਥੇ ਸਾਡਾ ਪਿੰਡ ਵਾ, ਤਹਿਸੀਲ ਸਾਡੀ ਸ਼ਾਹਕੋਟ ਆ, ਨਵਾਂ ਪਿੰਡ ਬਹਾਦਰਪੁਰ। ਹਾਂਜੀ, ਉੱਥੋਂ ਅਸੀਂ ਆਏ ਆ ਨਾ, ਤੇ ਤਹਿਸੀਲ ਸਾਡੀ ਸ਼ਾਹਕੋਟ ਆ, ਡਿਸਟ੍ਰਿਕਟ ਸਾਡਾ ਨਨਕਾਣਾ ਸਾਹਿਬ ਆ, ਤੇ ਲਾਗੇ ਸਾਡਾ ਪਿੰਡ ਆ ਸ਼ਾਹਕੋਟ ਤੋਂ ਤਕਰੀਬਨ ਕੋਈ 4 ਕਿਲੋਮੀਟਰ ਦੂਰ ਵਾ, ਮੂਲਾ ਸਿੰਘ ਨਿਜ਼ਾਮਪੁਰਾ। ਠੀਕ ਹੈ। ਉੱਥੇ ਦੇ ਸਰਦਾਰ ਸੀ ਸਾਰੇ ਹੀ, ਉਹ ਇੰਡੀਆ ਚਲੇ ਗਏ, ਤੇ ਅਸੀਂ ਫਿਰ ਨਵਾਂ ਪਿੰਡ ਬਹਾਦਰ ਤੋਂ ਉੱਠੇ ਹਾਂ, ਅਸੀਂ ਇੱਥੇ ਆ ਗਏ। ਸਾਡੇ ਵੱਡੇ ਤੋਂ ਗਏ ਜੀ ਮਲਤਾਨ ਜੀ ਹਨ। ਅੱਛਾ, ਜ਼ਿਲ੍ਹਾ ਮਲਤਾਨ ਸੀ। ਜ਼ਿਲ੍ਹਾ ਮਲਤਾਨ ਸੀਗਾ, ਚੰਨੂ ਦੇ ਲਾਗੇ ਪੈਂਦੇ, ਅਲਫਕਤ ਵਾਲੀ ਪਿੰਡ ਸੀ। ਅੱਛਾ ਅੱਛਾ ਅੱਛਾ। ਸਰਦਾਰ ਜੀ ਤੁਹਾਨੂੰ ਆਪਣਾ ਚੇਤਾ ਨੀ ਆਉਂਦਾ, ਆਪਣੇ ਇਲਾਕੇ ਚ ਗਏ ਨੀ ਤੁਸੀਂ ਉੱਥੇ? ਨਹੀਂ ਜੀ, ਅਸੀਂ ਤਾਂ ਜੰਮੇ ਜੰਮ ਵਾਲੇ ਅਸੀਂ, ਨਹੀਂ ਮਤਲਬ ਤੁਸੀਂ ਪਿੰਡ ਵੇਖਣ ਨੀ ਗਏ ਆਪਣਾ? ਸਾਨੂੰ ਮੌਕਾ ਹੀ ਨਹੀਂ ਮਿਲਿਆ, ਪਹਿਲੀ ਵਾਰੀ ਆਏ ਅਸੀਂ। ਤੁਸੀਂ ਉਹਨਾਂ ਕਹਿੰਦਾ ਆਇਂਦਾ ਆਵੋ ਨਾ, ਸਾਡੇ ਕੋਲ ਆਇਆ ਲਾਜ਼ਮੀ, ਤੁਹਾਡੇ ਕੋਲ ਨੰਬਰ ਲਵੋ, ਤੇ ਤੁਸੀਂ ਜਦੋਂ ਤਸ਼ਰੀਫ ਲਿਆਓ ਤੇ ਸਾਡੇ ਭਰਾ ਜੇ ਕਾਲੋ ਜੇ, ਸਾਡੀ ਬਰਾਦਰੀ ਜੇ, ਤੇ ਤੁਸੀਂ ਤਸ਼ਰੀਫ ਲਾਜ਼ਮੀ ਸਾਡੇ ਕੋਲ ਲਿਆਵੋ। ਅਸੀਂ ਅਜੇ ਵੀ ਨੰਬਰਦਾਰ ਆ ਇੱਥੇ ਪਿੰਡ ਦੇ, ਤੇ ਨਿਜ਼ਾਮਪੁਰ ਮੂਲਾ ਸਿੰਘ ਵਾਲੇ ਦੇ, ਤੇ ਅਜਾਜ਼ ਕਾਲੋ ਮੇਰਾ ਨਾਮ, ਕਿ ਮੈਂ ਹੁੰਦਾ ਯੂਰਪ ਆ, ਫਿਨਲੈਂਡ ਹੁੰਦਾ ਮੈਂ, ਤੇ ਸਰਦਾਰ ਜੀ ਤੁਹਾਨੂੰ ਨੰਬਰ ਅਸੀਂ ਦਿੰਦੇ ਹਾਂ, ਕੋਈ ਹੈ ਕੋਈ ਚਿੱਟ ਕੋਲ, ਤੇ ਤੁਸੀਂ ਲਾਜ਼ਮੀ ਆਪਣਾ ਆਉਣਾ ਜੀ। ਠੀਕ ਹੈ, ਬਹੁਤ ਮਿਹਰਬਾਨੀ ਸਰਦਾਰ ਜੀ, ਇੱਥੇ ਲਿਖ ਦੇਣਾ, ਮੈਂ ਤੁਹਾਨੂੰ ਨੰਬਰ ਲਿਖ ਦਿੰਦਾ ਮੈਂ, ਤੇ ਤੁਹਾਡਾ ਮੁਲਾਕਾਤ ਜਿਹੜੀ ਆ ਉਹ ਹੋਈ ਆ, ਤੇ ਬੜੀ ਖੁਸ਼ੀ ਹੋਈ ਆ। ਪੈਨਸਲ ਦਿਓ, ਇੱਥੇ ਲਿਖ ਦਿਓ, ਪੈਨਸਲ ਹੈ ਪੁੱਤਰ ਦੀ, ਤੁਹਾਨੂੰ ਹੈ ਪੈਨਸਲ? ਕਿਸੇ ਕੋਲ ਪੈਨਸਲ ਹੈ ਜੀ ਇੱਥੇ? ਸਾਡੇ ਫੋਨ ਨਹੀਂ ਚੱਲਦੇ, ਨਹੀਂ ਤਾਂ ਅਸੀਂ ਸੇਵ। ਹਾਂਜੀ, ਮੈਂ ਤੁਹਾਨੂੰ ਹੁਣੇ ਤੁਹਾਨੂੰ ਦੱਸ ਦਿੰਦਾ ਮੈਂ, ਤੇ ਕਿਸੇ ਕੋਲ ਪੈਨਸਲ ਨਹੀਂ ਹੈ? ਫੋਨ ਤੇ ਉਹਨੇ ਗਿਆ, ਫੋਨ ਤੇ ਤਾਂ ਫੋਨ ਤੇ ਲਿਖ ਦਿੰਦੇ। ਕੋਈ ਨਹੀਂ।
नहीं नहीं कोई नहीं गल उधर पेंसिल है जी कोल सरदार जी लाजमी सड़क को आयो तुसी तुहानू सब दावत जी तुहाडे वल्लों ते तुहानू मैं इह ऐड कर दिंदा वा नंबर है जी प्लस 92 है आ गया प्लस 92 मर्जी अगे है जे साडा 341 सॉरी 6 तो कितों होना सरदार जी पिछों पिछों आ इत्थों इत्थों 41 40 66 219 सरदार जी मेरा नंबर जी मैं गल मारती तू लेकिन सेव कर लो खलोजो मैं सेव कर लो 40 66 200 ठीक है सरदार जी थैंक यू वेरी मच हाँ जी है नंबर जी नाम